سید عدنان صابر ٹیم کونی ٹیم کونی ہون شاہ باو مشت باو تاریخ کہہ رہی ہے محرم کے چاند میں محرم دا مہینہ ہے دکھاں دا دے ہیں انہ دیاں سیدہ ناجڑا پیار کرے سی رسول دی راضی ہوں دی میں غریب سیدہ سلطان دا پوتر بیٹھا ہے میں سید نو جاندہ ہے میں غریب سیدہ میری دو بچیاں گنگیاں باتیاں زیر علاج ہیں رسول دا منبر گواہ ہے میں محرم کدائے نہیں پہ پڑھدا میں نو بچیاں دا ہے حال ہے میں محرم بڑا مریا بچیاں رول بیستے غریب سیدہ جتنے مومن بیٹھے ہو پاک امام حسین دی ماں دا حصہ سمجھ کے غریب سیدہ ہاتھ جوڑی کھلا کوئی مومن خالی نہ موڑے سین زہرا دا حصہ رحم اللہ من کر سورۃ فاتحہ بسم اللہ الرحمن الرحیم الحمد للہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم باوازِ بلند تر صلوات نعرہ تکبیر نعرہ رسالت نعرہ حیدری باوازِ بلند تر صلوات اجازت ہے صاحبان معرفت اعوذ باللہ من الشیطان اللجیم بسم اللہ الرحمن الرحیم یا علی تو میرا امام مومن تے منافق دی پہچان الحمد للہ رب العالمین والعاقبۃ للمتقین وجنۃ للمؤمنین والنار للکافرین والمنافقین بے شمار الصلاۃ والسلام علی من کان نبیا و آدم بین الماء و تین الصلوات کافی مجمع صلوات صلوات تلن تک پہنچے ایسی بلند تر صلوات پر سید سکلین شمس المشرقین والمغربین جد الحسن والحسین ابوالقاسم محمد صلوات اللہ بشائفائن اتائن وروائن نظر بات ولیئن فی یوم الخندق افضل من عبادت سکلائن و سبتائین الحسن والحسین رویت بلند کر کے نعرہ حیدری آج دو محرم ہیں
8 ਦਿਹਾੜਾਂ ਦਾ ਮਹਿਮਾਨ ਹੈ ਅਕਬਰ ਦਾ ਬਾਬਾ। الصلاه والسلام على سيدة الجليلة المخدومة المهرومة عن ميراث أبيها سيدة النساء العالمين ਜਿੰਨਾ ਜੁਲਣੇ ਜਲਦ ਤਿਆਰ ਤੀ ਵੋ ਜਿੰਨਾ ਜੁਲਣੇ ਜਲਦ ਤਿਆਰ ਤੀ ਵੋ ਸ਼ਾਹ ਕਾਲ ਦਿੱਤੀ ਖੜ ਦਰ ਤੇ ਪੜ ਇਨ ਲਿਲਾ ਹਰ ਬੀਬੀ ਅਤੇ ਪਾਇਆ ਬੁਰਕਾ ਪੜਦਾ ਪਿਆ ਯਸਗਰ ਦੀ ਜਨਾ ਤੀਰਤ ਕੀਤੀ ਵੱਲ ਘਰ ਦੇ ਕਰ ਅੰਮਾ ਅੰਮ ਤ੍ਰੈ ਵਾਰੀ ਛੜੀ ਸੋਹਰਾ ਵੱਲ ਬਿਸਤਰ ਜੀ ਨੌਕਰ ਜੀ ਜੀ ਪਰਦਾ ਪਿਆ ਜਨਦੀਦ ਕੀਤੀ ਵੱਲ ਘਰ ਕਰ ਮਾਇਮ ਤ੍ਰੈ ਵਾਰੀ ਜੜੀ ਸੋਹਰਾ ਵੱਲ ਤੁਰਿਆ ਵੈਂਦੇ ਵੀਰ ਜ਼ੈਨਬ ਦਾ ਵਤਨ ਕਨੂੰ ਅੱਜ ਮੁੱਲ ਥੱਕੀ ਹੋਈ ਸੈਣੀ ਨਾ ਨੌਕਰ ਬਾਬਾ ਬੜੇ ਹੌਸਲੇ ਇੰਜ ਰੋਣ ਨੱਪੀ ਆਉਂਦਾ ਹੋਈ ਸੱਤ ਸਾਲ ਦੀ ਧੀ ਹੋਈ ਉਹਦੇ ਹੱਥੇ ਘਰਾਂ ਦੀਆਂ ਚਾਬੀਆਂ ਛੱਡੇ ਹਵੇਲੀ ਚ ਬਹਿ ਮੈਂ ਤੇਰੀ ਨਾਨਕੀ ਹਵੇਲੀ ਚ ਠੀ ਕੇ ਵੱਲਾਂ ਦਾ ਕੁੰਜੀਆਂ ਦਿੱਤੀਆਂ ਮੈਂ ਬੀਮਾਰ ਸਖਤ ਲਚਾਰ ਹੋਸਨ ਪਾਕ ਮਜ਼ਾਰ ਬਾਬਾ ਹੀ ਕਲੀਆਂ ਦਾ ਢੀ ਰੁਲੀਆਂ ਬਾਬਾ ਹੀ ਕਲੀਆਂ ਦਾ ਢੀ ਰੁਲੀਆਂ ਕੰਡਾ ਵਾਲੀਆ ਸੋ ਦਿਓ ਤਰਸਲੀ ਲੁਗੜੀ ਹਵੇਲੀ ਦੇ ਵਿੱਚ ਬਾਬਾ ਮਰਵੇ ਜਾਂ ਉਜੜੀ ਜਿਨ੍ਹਾਂ ਦੇ ਹੱਥ ਖੁੱਲੇ ਨੂੰ ਜ਼ਰੂਰ ਸੀ ਨੇ ਇਤਿਹਾਸ ਸ਼ਾਹ ਫਰਮਾਇਆ ਸੁਮਰਾ ਦੀ ਸੁਮਰਾ ਨਹੀਂ ਸਫਰਾਂ ਦੇ ਦਾਦੀ ਸ਼ਾਮ ਨਾ ਜੁਲੇ ਕੈਦ ਨਾ ਹੁੱਲੇ ਸ਼ਕਲ ਬਦੂਲ ਬਾਜ਼ਾਰ ਨਾ ਰੁੱਲੇ ਕੀ ਰਹਿਣਾ ਹੈ
ਕੋਲ ਨਨੇ ਦੇ ਕਿਸਮਤ ਵਿੱਚ ਸਹੀ ਜੇ ਰਫਰਾਕ ਤੁਰਿਆ ਵੇ ਸ਼ਾ ਫਰਮਾਇਆ ਸੁਬਰਾ ਦੀਆ ਸੁਬਰਾ ਨਹੀਂ ਸਬਰਾ ਸ਼ਾਮ ਨਾ ਜੁਲੇ ਕੈਦ ਨਾ ਹੁੱਲੇ ਸ਼ਕਲ ਬਤੂਲ ਬਾਜ਼ਾਰ ਈਰਾਣਾ ਏ ਕੋਲ ਨਨੇ ਦੇ ਕਿਸਮਤ ਵਿੱਚ ਇਸੀ ਦੇਰ ਫਿਰਾ ਕੇ ਤੁਰਿਆ ਵੇ ਕਾਲੀ ਮੈਂ ਗੁਜ਼ਾਰਿਸ਼ ਕੀਤੀ ਹੈ ਜਿਹੜਾ ਹੁਸੈਨ ਦੇ ਟੁਰਨ 'ਤੇ ਨਹੀਂ ਰਹਿੰਦਾ ਉਹ ਹੁਸੈਨ ਦੇ ਕੁਸਣ 'ਤੇ ਨਹੀਂ ਰਹਿੰਦਾ ਫਰਮਾਇਆ ਅੱਬਾਸ ਅੱਬਾਸ ਅਰਜ਼ ਕੀਤੀ ਹੈ ਜੀ ਫਖਰੇ ਇਲਿਆਸ ਸੈਯਦਾ ਦੇ ਮੇਰਾ ਕਦਰ ਸ਼ਨਾਸ ਮੇਰੀਆਂ ਤਸੀਆਂ ਬਹਿਣਾਂ ਦੀ ਆਸ ਮਾਡਾ ਸੋਹਣਾ ਵੀਰ ਮੇਰੇ ਬਾਬੇ ਦੀ ਤਸਵੀਰ ਤੂੰ ਗਵਾਏ ਮੈਂ ਨਾਨੇ ਦੀ ਉਮਤ ਨਾਲ ਵਾਅਦਾ ਕਰ ਆਇਆ ਮੈਂ ਮਗਰਬ ਦੀ ਨਮਾਜ਼ ਮਦੀਨੇ ਨਹੀਂ ਪੜ੍ਹਨੀ ਕਾਗਜ਼ ਕਲਮ ਦਵਾਦ ਗਿੰਨਾ ਮੁਸਾਫਰਾਂ ਦੀ ਫਹਿਰਿਸ਼ ਤਿਆਰ ਕਰਨੀ ਅੱਬਾਸ ਕਾਗਜ਼ ਕਲਮ ਦਵਾਤ ਲੈ ਕੇ ਸਰਦਾਰ ਦੇ ਪੇਸ਼ ਕਰਨ ਲੱਗੇ ਸੈਯਦਾ ਦੇ ਤੈਂ ਲਿਖਣੇ ਮੈਂ ਲਿਖਵਾਉਣੇ ਸ਼ਾਬਾਸ਼ ਦਰਦਾਂ ਵਾਲੇ ਲੋਕ ਬੈਠੇ ਹੋਏ ਮੁਲਤਾਨ ਵਾਲਿਓ ਅੱਬਾਸ ਦਾ ਦਸਤੂਰ ਆ ਸਰਦਾਰ ਦੀ ਤਰਫੋਂ ਕੋਈ ਤਹਿਰੀਰ ਰਕਮ ਕਰਨ ਲੱਗਿਆ ਸਰਨਾਮੇ ਤੇ ਦੋ ਸਤਰਾਂ ਲਿਖਦਾ ਹੈ ਪਹਿਲੀ ਸਤਰ ਲਿਖਿਆ ਬਿਸਮਿਲ੍ਲਾਹਿ ਰਹਿਮਾਨ ਰਹੀਮ ਦੂਜੀ ਸੱਤਰ ਲਿਖਿਆ ਨਸਰੋ ਮਿਨ ਲਾਏ ਵ ਫਤਨ ਕਰੀ ਹਸਬੇ ਆਦਾ ਤਸਬੇ ਮਾਮੂਲ ਅੱਬਾਸ ਦੂਏ ਸਤਰਾਂ ਲਿਖੀਆਂ ਸੈਯਦਾ ਦੇ ਪਹਿਲੀ ਰਾਣ ਦੇ ਦੂਜੀ ਕਾਟਸੋ ਸੈਯਦਾ ਦੇ ਨਜ਼ਰੋ ਮਿਨ ਲਾਓ ਲਿਖਦਾ ਜਰਾ ਵਸਰ ਵੀ ਆਵੇ ਨਾ ਸੈਯਦਾ ਦੇ ਮੈਂ ਉੱਤੇ ਵੀ ਆਵੇ ਨੇ ਜਿੱਥੋਂ ਜੀਦਾ ਨਹੀਂ ਵੀ ਬੋਲਣਾ ਸੈਯਦਾ ਦੇ ਨਜ਼ਰ ਮਿਨ ਲੱਗਾ ਜੋੜੀ ਦੀ ਜਾਦਲ ਗਈ ਨਾ ਲਿਲਾ ਜਿਹੜੇ ਮਾਤਮੀ ਬੈਠੇ ਨੂੰ ਉਹਨਾਂ ਦੇ ਹੱਥ ਹੀ ਨਹੀਂ ਗਿਆ ਭੈਣਾਂ ਦੇ ਨਾਂ ਲਿਖਵਾ ਇਹਨੇ ਹੌਸਲੇ ਨਾਲ ਜੋ ਔਖਾ ਮਸਾ ਹੈ ਸੈਯਦਾ ਦੇ ਲਿਖ ਜਾ ਲਿਆ ਬਿੰਤੇ ਅਲੀ ਅਸੀਰ ਉਹ ਜਿਹੜੇ ਗਾਜ਼ੀ ਦੇ ਮੁਰੀਦ ਬੈਠੇ ਹੋ ਅੱਬਾਸ ਜੀਂਦਾ ਹੈ ਜਾਂ ਮਰ ਗਈ ਆਈ ਜਿਹਨਾਂ ਆਲੀਆ ਨਾਲ ਲਿਖਸ ਅਸੀਰ ਸ਼ਾਂ ਭੈਣਾਂ ਦੇ ਨਾਂ ਲਿਖਵਾਉਣ ਦੇ ਬਾਅਦ ਹੱਕ ਬਣਦਾ ਆਈ ਹਰਮਾਂ ਦੇ ਨਾਂ ਲਿਖਵਾਵੇ ਹਰਮਾਂ ਦੇ ਨਿਸ ਲਿਖਵਾਏ ਭਰਜਾਈਆਂ ਦੇ ਨਾਂ ਲਿਖਵਾਏ ਨਿਸ ਕਦਰ ਕਰਾਏ ਭਰਜਾਈਆਂ ਦੇ ਨਾਂ ਇਸ ਵਾਸਤੇ ਪਹਿਲੇ ਲਿਖਵਾਏ ਨਿਸ ਉਹ ਭਰਜਾਈ ਨਾਲ ਪੈਵੈਂਦੀ ਆਈ ਜੇ ਕੁਮਾ ਸੜੇਂਦਾ ਜਿਹੜੇ ਸਮਝ ਗਏ ਹੋ ਕਾਸਿਮ ਦੀ ਮਾਂ ਹਸਨ ਦੀ ਬੜੇ ਹੌਸਲੇ ਭਰਜਾਈਆਂ ਦੇ ਨਾਵਾਂ ਦੇ ਬਾਅਦ ਹਰਮਾਂ ਦੇ ਨਾਂ ਲਿਖਵਾਏ ਨਿਸ ਜਿਹੜੇ ਧੀਆਂ ਦੇ ਬੈਠੋ ਸੈਯਦਾ ਦੇ ਸੁਣ ਗਰੀਬ ਦੀਆਂ ਧੀਆਂ ਦੇ ਨਾਂ ਸੈਯਦਾ ਦੇ ਲਿਖ ਜਾ ਫਾਤਮਾ ਕੁਬਰਾ ਬਿੰਦੇ ਹੁਸੈਨ ਨਸੀਰਾ ਸ਼ਾ ਹੁਣ ਮੈਂ ਦੇਖ ਸਾਂ ਕਹਿੰਦਾ ਹੱਥ ਹੈ ਜਿਹੜਾ ਸੀਨੇ ਤੇ ਨਹੀਂ ਆਉਂਦਾ ਜਿਹੜੇ ਅਖਬਾਰ ਦੇ ਮੁਰੀਦ ਬੈਠੇ ਹੋ ਤੁਹਾਡਾ ਪੱਥਰ ਦਾ ਦਿਲ ਨਹੀਂ ਲੋਹੇ ਦੀ ਅੱਖ ਨਹੀਂ
ਹੁਣ ਅਬਾਸ ਕੋ ਯਕੀਨ ਆ ਅਕਬਰ ਦੀ ਭੈਣ ਦਾ ਨਾਂ ਲਿਖਣਾ। ਅਕਬਰ ਦੀ ਭੈਣ ਦਾ ਨਾਂ ਦਾ ਪਹਿਲਾ ਹਰ ਸਵਾਦ ਬਣਦਾ ਹੈ। ਅਬਾਸ ਸਵਾਦ ਲਿਖੀਏ ਗਾਇਨ ਨਹੀਂ ਰਲਈ ਹੁਸੈਨਾ ਦੇ ਸਵਾਦ ਕੱਟ ਛੋੜ ਸੀਨ ਲਿਖਦਾ ਸੈਦਾ ਦੇ ਉਦਨ ਲਿਖਦਾ ਜੇ ਬਾਜ਼ਾਰ ਚੁਣੇ ਸੈਦਾ ਦੇ ਉਦਨ ਲਿਖਦਾ ਜੇ ਕੁਫਨ ਨਹੀਂ ਮਿਲਦੇ ਕਿਹੜੇ ਪਾਸੇ ਦੇਖਣ ਸਾਰਿਆਂ ਦਾ ਸਾਂਝਾ ਨੁਕਸਾਨ ਆ। ਮੈਂ ਬਾਰਵਾ ਕਾ ਆਪਣੇ ਮੁਹਿੰਮਾਂ ਦਾ ਗਵਾਹ ਬਣਵਾ ਇਹ ਹੱਥ ਸਾਰਾ ਕਬਰੇ ਹੁਸੈਨ ਨਾਲ ਵੰਜ ਕੇ ਜਿਹੜੇ ਮਿਸ ਹੌਸਲੇ ਨਾਲ ਬੜੇ ਹੌਸਲੇ ਹੌਸਲੇ ਔਖੀ ਮੰਜ਼ਲ ਹੈ ਮਾਂ ਸਾਹਿਬ ਦੀ ਬੜੇ ਹੌਸਲੇ ਕਲਾਮ ਤੂੰ ਜਾਣ ਪੀ ਐਸ ਉਹ ਜ਼ਾਕਰੀ ਕੋ ਅਦਬ ਸਿਖਾਉਣ ਵਾਲੀ ਕੌਮ ਕਲਮ ਜਾਣ ਪੀ ਐਸ ਕਾਗਜ਼ ਜਾਣ ਪਾਉਂਦਾ ਜੋ ਅਬਾਸ ਇੱਕੋ ਕੰਟਰੋਲ ਨਾ ਕਰਿਆ। ਬਾਬੇ ਹੁਣ ਫਰਮੈਂਦਰ ਆਉਂਦੇ ਹਨ ਕਲਮ ਕੋ ਇਵੇਂ ਕੰਟਰੋਲ ਕਾਗਜ਼ ਕੋ ਕੀਤਾ ਜਿਵੇਂ ਡਾਵੀਂ ਦਿਲਿਆੜ ਹੁਸੈਨ ਅਸਗਰ ਕੋ ਕੀਤਾ। ਇੱਕ ਆਲਮ ਦੀਨ ਦੀ ਦਬਾਣੀ ਜੁਮਲੇ ਸੁਣੇ ਉਹਨਾਂ ਫਰਮਾਇਆ ਹੁਸੈਨ ਕੰਟਰੋਲ ਨਾ ਕਰਦਾ ਜਿਨ ਤੇ ਤੀਰ ਵੰਜਿਆ ਉਹਨੇ ਸਰੀਰ ਸ਼ਾਬਾਸ਼ 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 ਕਿਉਂ ਕੰਟਰੋਲ ਕੀਤਾ ਅਹਿਮੀਅਤ ਦੱਸਾਂ। ਆਮ ਕਾਗਜ਼ ਨਹੀਂ ਇਹ ਕਾਗਜ਼ ਤੇ ਨਾਤੇ ਕੇ ਕੁਰਾਨ ਦੀਆਂ ਤਫਸੀਰਾਂ ਦੇ ਨਾਂ ਲਿਖੀ ਸੋਹਣੀ ਕਦਰ ਹੱਥ ਬੰਨ ਕੇ ਆਦਾ ਜਨਾਬ ਦੇ ਨੌਕਰਾਂ ਤੁਹਾਡੀ ਔਲਾਦ ਦੇ ਨੌਕਰਾਂ ਤੁਹਾਡੀ ਔਲਾਦ ਦੇ ਖਿਡਾਉਣ ਵਾਲਾ ਰੁਆਵਣ ਵਾਲਾ ਨਹੀਂ। ਔਖਾ ਜੁਮਲਾ ਕਦਰ ਕਰ ਅਗਰ ਕੈਂਦੀ ਦਾ ਨਾਂ ਨਿਵੇ ਲਿਖਦੇ ਕਾਤਬ ਤਬਦੀਲ ਕਰੋ ਸੈਦਾ ਦੇ ਤਬਦੀਲੀ ਦੀ ਵਜ੍ਹਾ ਦੇ ਵਜ੍ਹਾ ਪੁੱਛਦੇ ਪੰਜ ਮਿੰਟ ਗੁਜ਼ਰੇ ਹਵੇਲੀ ਤਕੀਆਂ ਅੱਖੀ ਨਾਲ ਲਿਠੀਆਂ ਦਾ ਭਾਵੇਂ ਜੋ ਬਿਮਾਰ ਰਹੀ ਛੋਟੀ ਜਿਹੀ ਗੰਢੜੀ ਸੀਨੇ ਨਾਲ ਲਈ ਵਧੀਏ ਇੱਕੋ ਜਿਹੜੀਆਂ ਗੁਆਦੀਆਂ ਦੁਆ ਕਰੇ ਸਾਰਾ ਮੇਰੇ ਅਕਬਰ ਦੀ ਸਾਦੀ ਹੋਵੇ ਹਦੀ ਵਧੀਆ ਦੁਆ ਕਰੇ ਸਾਰਾ ਮੇਰੇ ਅਕਬਰ ਬਹੁਸਲਾ ਹੌਸਲਾ ਇਹ ਹੁਣ ਰਲਿਓ ਜਰਾ ਤੁਹਾਡੇ ਮਿਆਰੇ ਸਮ ਅਦੀ ਵਧੀਆ ਦੁਆ ਕਰੇ ਸਾਰਾ ਮੇਰੇ ਅਕਬਰ ਦੀ ਸਾਦੀ ਹੋਵੇ ਮੇਰੇ ਭਰਾ ਦੀ ਸ਼ਾਦੀ ਹੋਈ ਮੈਂ ਚਾਚੇ ਕੋ ਭਿਜੇ ਸਾਂ ਤੁਹਾਕੂ ਬਰਾਤ ਸਰਵੇ ਸਾਂ ਉਹ ਇਤਨੀਆਂ ਉਮੀਦਾਂ ਰੱਖਦੀ ਏ ਮੇਰੀ ਕਲਮ ਨਾਲ ਉਹਦਾ ਨਾਂ ਨਾ ਲਿਖੀ ਜੇ ਹੁਣ ਬੇਸ਼ੱਕ ਸਾਹ ਕੱਟ ਗਏ ਲਗਾਤਾਰ ਰੁਨੇ ਤਾਂ ਹੁਸੈਨ ਦਾ ਸਜਾਦ ਹੁਸੈਨ ਦੇ ਅਬਾਸ ਤੈ ਕੁਝ ਆਖਮ ਜਿਹੜੀ ਤਰਤੀਬ ਨਾਲ ਨਾ ਲਿਖਵਾਵਾਂ ਲਿਖਦਾ ਵਣੇ ਸਫਾਰਿਸ਼ ਦੀ ਗੁੰਜਾਇਸ਼ ਨਹੀਂ। ਅਗਰ ਸਫਾਰਿਸ਼ ਦੀ ਗੁੰਜਾਇਸ਼ ਹੁੰਦੀ ਤਾਂ ਈ ਧੀ ਦਾ ਵੱਡਾ ਸਫਾਰਸ਼ੀ ਮੈਂ ਹਾਂ ਉਹਦੀਆਂ ਡੂ ਵਜੂਹਾਤ ਤਿੰਨ ਪਹਿਲੀ ਵਜ੍ਹਾ ਹੈ ਜੋ ਇਹਦੀ ਸੱਕੀ ਮਾਂ ਦੁਨੀਆਂ ਤੇ ਕੋਈ ਨਹੀਂ ਦੂਜੀ ਵਜ੍ਹਾ ਇਹਦੀ ਸ਼ਕਲ ਹੈ ਮੇਰੀ ਮਾਂ ਵਾਂਗ ਮੈਂ ਮਰਦੀ ਨਾਲ ਨਹੀਂ ਪਿਆ ਟਿਕਦਾ ਇਹ ਮੇਰੇ ਮਿਸ਼ਨ ਦਾ ਹਿੱਸਾ ਹੈ ਮਿਸਾਕਲ ਦੀਨ ਦਾ ਵੱਧ ਹੈ ਇਹਨਾਂ ਖਾਲਿਕ ਦੀ ਆਵਾਜ਼ ਹੈ ਮੇਰਾ ਆਸ਼ਕ ਹੁਸੈਨ ਕੋਈ ਵਿਛੋੜੇ ਦੇ ਜਾਮਿਨ ਹੀ ਵੀ ਮੈਂ ਚੁੱਪ ਕਰ ਗਈ ਹਾਂ ਮੇਰੇ ਪਾਸੇ ਨਾਲ ਤਰੀ ਭਤਰੀਜੀ ਦੇ ਰੂਹ ਦੀ ਆਵਾਜ਼ ਹੈ ਬਾਬਾ ਚੁੱਪ ਨਾ ਕਰ ਹਿਕਲੀਆਂ ਹਵੇਲੀਆਂ ਜਾਣਨ ਮੈਂ ਤਾਂ ਕੋਈ ਇਸੇ ਗੱਲ ਦਾ ਖੌਫ ਹੈ ਨਾ ਜੋ ਮੇਰੀ ਧੀ ਤੇ ਕੋਈ ਗਿੱਲਾ ਚੜੇ ਸੀ ਅਬਾਸ ਮੈਂ ਹੁਸੈਨ ਦੀ ਧੀ ਹੈ ਅਗਰ ਗਿੱਲਾ ਦਿੱਤੋਸ ਮੈਂ ਇਮਾਮ ਹੋ ਕੇ ਵਾਅਦਾ ਪਿਆ ਕਰਾਂਦਾ ਮੈਂ ਤਿਆਰੀ ਰੋਕ ਦੇਸਾਂ ਇਹ ਪਹਿਲੀ ਮੰਜ਼ਲ ਡਿੱਠੀ ਆਈ ਇਹ 7 ਸਾਲ ਦੀ ਆਖਰੀ ਮੰਜ਼ਲ ਦੇਖੇ ਮੇਰੇ 6 ਮਹੀਨਿਆਂ ਦਾ ਹੀ ਹੁਸੈਨ ਉਸ ਜਿਹੜੀ ਤਰਤੀਬ ਨਾਲ ਨਾਂ ਲਿਖਵਾ ਉਸੇ ਤਰਤੀਬ ਨਾਲ ਐਲਾਨ ਕਰ ਅਤੇ ਉਹਨਾਂ ਕੋ ਦੱਸ ਮਾਮਲ ਘਿਨ ਵਣੇ ਬਾਹਰ ਮੋਹਰੀ ਮਾਮਲ ਅੰਦਰ ਘਿਨ ਵਣੇ
اللہ جانے میری بہن معمل تکی میں سوال بیبیاں چلان کر تے انہوں کو ڈس لکھی میں ہے لکھوائی اکبر دے بابے کوئی بیبی کہیں دی سفارش نہ کرے جیندہ نہ آوے چپ کر کے برکے پامن بچے چامن معاملہ تے سوار تھی ہاتھ کھلے رکھے بھاویں حسین تسلی دیوئیے حیامت وفاما والا عباس بابے نے فرمیندہ رہے ہیں رشتے چاچا ہے جہاں کول شرماندہ کھڑے ہو بتری جی ہے آپ 33 سال دے جہاں کول شرماندہ ہو 7 سال دیے بھاویں حسین تسلی دیوئیے سامنے نہیں آیا در تے آ کے اعلان کرنا شروع کی جہدہ نا چاہدہ برکے پہنی بال چہنی معاملہ تو نہیں ٹردی پتر دل نہیں برکے پائی کڑی بال چائی کڑی پرتی اکبر دی بھیڑ تو نہیں اللہ جانے بیبیاں کو کہیں جب بیمار نہیں ہوئے ہوں میں دیکھ سا کتنے ہاتھی جڑے شبیر خال کی اپنے ماتم کی تکیتے ہر حد دا مقدر ہی نہیں ماتم ہے شبیر عباس نہ چاہتا ہے بیمار چپ کر کے دیتی رہی پتھر دل دا مائزہ میں نہیں جڑا مکانی بڑھ گیا ہے جڑا حسین دی دیاں دینا دوارا ہے بیمار گڑڑی سواری اکبر پہلی اس عباس پہلی دنا چاہے بیمار روجہ نمبر دوائی یا بابے میں نام نہیں لکھایا بھول گئے یا بابا میں کو بھول گئے شاباش اکبر کر کے زمین تے جھڑیے ڈاسکیاں بیبیاں برکے پائی کھڑیے بچے چائی کھڑیے برکے چھن پین بچے چھن پین بیمار دے الگو چگرد بن گیا دیر برباد مدینے کئی آدھیے ہے بھی چھوڑا کئی آدھیے ہے بیماری پینگن آدھیے پھپھی مکان تو سارا نیمنی پھپھی سارے مل گئے میں کو ڈاڈی امل بنی نہیں مل بھی آدھی اما بیمار پوتری پی سنے بلا تسبیح مر رکھا ہے میری سین ہاتھ جوڑی آئی پوتری کو ہاں نہ لے سو میری دھی میرے بچڑے دا کوئی قصور نہیں تیرے بابے دی میں مرضی نہ ماں یتیم کہیں تے ناراض نہیں ہو ہائے 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 سونی قدر کی دی اماں میں کوئی ایک ڈیار بابے دس ہے حوصلے نال بابا بابے دس ہے تیری شکل میری ماں وانگ تڈے چاچے عباس دی شکل ہے مڈے ڈاڈے علی وا بیبی آدھی سر دے میں ڈاڈے دی شبیہ سمیٹ کے چم دی بیبی آدھی سر دے میں ڈاڈا سمیٹ کے چھیکڑی وار چم دی شاباش کرو ماتم دیتے ام البنین حقل ماری عباس آ بیمار بھتری جی پیسے دیں دیے عباس کن پچھو آئے رونا شروع کیتا تھوڑی دیر گزری اما سمجھ گئیاں بی بی آدھی کیا سمجھی اما پتہ لگیے او جرنائل میں غریب پیو دیتی اما او نہیں ویندا میں کو نہیں کھینو دنیاں دیا نروہ نوکر کے رویلے دا کانڈ پچھو رو دا کھڑایا موت ماتم کر کے دیا کڑا نروے
ਅੱਤੇ ਗੁਰੂਵਣ ਵਾਸਤੇ ਨਹੀਂ ਮਿਲ ਸਕਦਾ ਅਸ਼ਾਲਾ ਤਰੀਆਂ ਕੀ ਕਢਾਨ ਰੋਵੇਨ ਸ਼ਾਬਾਸ਼ 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 ਜਿਹੜੇ ਮਾਤਮ ਪਏ ਕਰਨ ਦਿਓ ਚਾਚਾ ਮੇਰਾ ਕਹਿਣ ਤੇ ਕੋਈ ਗਿੱਲਾ ਨਹੀਂ ਵਹਿੰਦੇ ਪਿਓ ਸਵਰ ਦਾ ਮਾਮਲਾ ਹੈ ਚਾਚਾ ਜਿੱਥਾ ਮੇਰੇ ਵੀਰਾ ਦੀ ਸ਼ਾਦੀ ਹੋਵੇ ਕੋਈ ਆਵੇ ਨਾ ਆਵੇ ਤੂੰ ਖਿੰਨਣ ਲੱਗਾ ਮੇਰਾ ਇੱਜ਼ਤ ਦਾ ਵੀਰਾ ਹੈ ਇਹਦਾ ਪੱਲੂ ਮੈਂ ਆਪ ਬਣਦੇ ਹੁਣ ਬੇਸ਼ੱਕ ਸਾਹ ਕੱਢ ਗਿਣ ਸੋ ਜੋ ਛੇਕੜੀ ਵਿਦੇ ਰਹਿ ਗਏ ਤੇ ਟਾਈਮ ਹੀ ਥੋੜੇ ਜ਼ਿੰਦਗੀ ਦਾ ਕੋਈ ਪਤਾ ਨਹੀਂ ਛਾਲਾ ਮੈਂ ਪੜ੍ਹ ਗਿਆ ਤੇ ਮਾਤਮੀ ਬਰਦਾਸ਼ਤ ਕਰ ਗਿਣਨ ਜਿਹੜੀ ਕਸਮ ਤੇ ਦਿਲ ਆਦਈ ਇਹ ਦਰਬਾਰ ਚ ਖੜ ਮੈਂ ਕੋਈ ਦਰਬਾਰ ਦੀ ਕਸਮ ਇਹ ਅਲਮ ਦੀ ਕਸਮ ਜ਼ਿਕਰ ਦੀ ਕਸਮ ਜ਼ਿਕਰ ਦੇ ਵਾਰਸਾਂ ਦੀ ਕਸਮ ਹੁਸੈਨ ਇਤਨਾ ਅਕਬਰ ਦੀ ਲਾਸ਼ ਤੇ ਆ ਕੇ ਨਹੀਂ ਰੋਣਾ ਜਿਤਨਾ ਹੀ ਧੀ ਦੇ ਵਿਛੜਨ ਤੇ ਮੈਂ ਰੋਣਾ ਦੀ ਕੋ ਰੁਨੇ ਤੇ ਰਾਤ ਕੋਈ ਰੁਨੇ ਦੀ ਕੋ ਰੁਨੇ ਰਾਤ ਕੋਈ ਰੁਨੇ ਬਲਕਿ ਮੁਲਤਾਨ ਵਾਲਿਓ ਜਾਂ ਜਿਸ ਜਿਸ ਦੇ ਆਜ਼ਾਦ ਆ ਰਹੇ ਬੈਠਿਓ ਆਲੀਆ ਸੈਣ ਪਾਬੰਦੀ ਲਾ ਦਿੱਤੀ ਹੈ ਬੀਬੀਆਂ ਤੇ ਜੋ ਮਰੇ ਗਰੀਬ ਭਰਾ ਦੇ ਸਾਹਮਣੇ ਕੋਈ ਧੀ ਕੋ ਪਿਆਰ ਨਾ ਕਰੇ ਤਾਂ ਮੇਰੇ ਭਰਾ ਕੋ ਆਪਣੀ ਯਤੀਮ ਧੀ ਯਾਦ ਆ ਤੁਹਾਡੇ ਸਾਹ ਕਢਾਉਣ ਵਾਸਤੇ ਜੋ ਆਖਰੀ ਵਹਿਣ ਵੱਡੇ ਔਖੇ ਨੇ ਸ਼ਾਲਾ ਮੈਂ ਪੜ੍ਹ ਗਿਆ ਤੇ ਮਾਤਮੀ ਬਰਦਾਸ਼ਤ ਕਰ ਗਿਨਨ 28 ਰਜਬ ਦੇ ਨੀ ਹੁਸੈਨ ਦੀ ਕੋਸ਼ਿਸ਼ ਆਈ ਮੈਂ ਕੋ ਕੱਲੀ ਝਾ ਲੱਭੇ ਤੇ ਮੈਂ ਧੀ ਕੋ ਰਜ ਕੇ ਪਿਆਰ ਕਰਾਂ ਇੱਕ ਹੁਜਰਾ ਮੁਬਾਰਕ ਤੇ ਆ ਕੇ ਇਕੱਲੇ ਕਮਰੇ 'ਚ ਇਵੇਂ ਦੀਵਾਰ ਨਾਲ ਮੱਥਾ ਲਾ ਕੇ ਰੋਂਦੇ ਖੜੇ ਨੇ ਇਸ਼ਾਰਾ ਸਮਝਣੇ ਹੁਸੈਨ ਦੇ ਕਦਮੈਨ ਤੇ ਉਹ ਡੂ ਹੱਥ ਆ ਲੱਗੇ ਜਿਹੜੇ ਬਾਅਦ ਵਿੱਚ ਕੱਟੀ ਚ ਗਏ ਹਨ ਸ਼ਾਬਾਸ਼ 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 ਹੱਥਾਂ ਦੀ ਖੈਰ ਹੋਵੇ ਜਿਹੜੇ ਜ਼ਿੰਦਗੀ ਦੀ ਸਰਬਲੰਦੀ ਤੇ ਬੁਲੰਦ ਜੀ ਨੌਕਰ ਜੀ ਨੌਕਰ ਹੁਸੈਨ ਜਲਦੀ ਦੇ ਨਾਲ ਹੀ ਅੱਖੀਂ ਸਾਫ਼ ਕੀਤੀਆਂ ਯਾਨੀ ਲੁਕ ਕੇ ਰੋਂਦਾ ਹਾਈ ਕਿਉਂ ਬੀਬੀਆਂ ਦੇ ਹੌਸਲੇ ਬੁਲੰਦ ਰਹਿਣ ਇਹ ਨਾ ਸੋਚਣ ਜੋ ਸਾਡਾ ਸਿੱਪਾ ਸਲਾਰ ਰੋਂਦਾ ਹੈ ਇਵੇਂ ਸਰ ਪੈਰਾਂ 'ਤੇ ਅੱਬਾਸ ਦਾ ਅਦੇ ਮੌਲਾ ਇੱਕ ਗੱਲ ਪੁੱਛਾਂ ਇੱਕ ਗੱਲ ਪੁੱਛਾਂ ਨਾ ਮੈਂ ਚਿਹਰਾਂ ਦੀ ਜ਼ਿਆਰਤ ਕਰਿਆ ਸਾਂ ਪਿੱਛੇ ਜੁਮਲਾ ਅਦਾ ਕਰਿਆ ਸਾਂ ਤੋੜ ਤੱਕ ਮੈਂ ਸਾਰਿਆਂ ਦੇ ਹੱਥ ਸੀਨੇ 'ਤੇ ਲੱਗਦੇ ਨਜ਼ਰ ਆ ਸਨ ਇੱਕ ਗੱਲ ਪੁੱਛਾਂ ਹੁਸੈਨ ਅਦੇ ਮੈਂ ਸਿੱਖਦਾ ਵਧਾਂ ਜੋ ਤੂੰ ਕੋਈ ਮੇਰੇ ਨਾਲ ਅਲਾਵੇਂ ਅਦੇ ਮੌਲਾ ਸੱਚੀ ਦਸਾ ਧੀ ਸਿਵਾ ਨਿਵੀ ਨਿਭਦੀ ਹਾਏ 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 ਜਿਹਨਾਂ ਹੈ ਕੀਤੀ ਮੈਂ ਝੋਲੀ ਚਾਹੀਦਾ ਸਿਵਾਏ ਗਮੇ ਸ਼ਬੀਰ ਦੇ ਦੁਨੀਆਂ ਦੇ ਕਹਿ ਗਮ ਵਿੱਚ ਰਹਿ ਜਾਂਦਾ ਮਾਲਕ ਤਰੀ ਮੁਕਾਨ ਮਾਲਕ ਤਰੀਆਂ ਕੂਕਾਂ ਕਬੂਲ ਕਰੇ ਹੱਥ ਸਲਾਮਤ ਰਹੇ ਕਬਰੇ ਹੁਸੈਨ ਨਾਲ ਮਸ ਹੋਈ ਥੀਵੇਂ ਜਿਹੜੇ ਸੀਨੇ ਤੇ ਪੈ ਕਿਆ ਬਾਤ ਹੈ ਆਪਕੋ ਦੀ ਸਿਵਾ ਪਾਣ ਕੇ ਨਾ ਦੀ ਸਿਵਾ ਜਿਵੇਂ ਨਹੀਂ ਦੀ ਭਾਵੇਂ ਸਾਬਰਾਂ ਦਾ ਸੁਲਤਾਨ ਹੀ ਢਾ ਨਿਕਲ ਗਈ ਇਸ ਇਵੇਂ ਹਾਂ ਨਾ ਲਾ ਕੇ ਫਰਮੈਂਦ ਨਲਮਾ ਵਾਲਾ ਸੱਚ ਪੁੱਛਦਾ ਮੈਂ ਕੋ ਧੀ ਦਾ ਵਿਛੋੜਾ ਖਾ ਗਿਆ ਪਿਛਲਾਂ ਦਾ ਕੁਝ ਨਹੀਂ ਲੱਗਦਾ ਯਾਰ ਸੱਚ ਪੁੱਛਦੇ ਮੈਂ ਕੋ ਧੀ ਦਾ ਵਿਛੋੜਾ ਅਦੇ ਮੌਲਾ ਇਤਨੀ ਜੁਰਤ ਨਹੀਂ ਜੋ ਮੈਂ ਮਸ਼ਵਰਾ ਦੇਵਾਂ ਲੇਕਿਨ ਇਤਨਾ ਮੈਂ ਜਾਣਦਾ ਤੂੰ ਇਰਾਦਾ ਤੁਲਨਾ ਹੈ ਮਾਸ਼ੀਆ ਤੁਲਨਾ ਹੈ ਮੌਲਾ ਅਗਰ ਈ ਧੀ ਕੋ ਨਾਲ ਘਿਨੋ ਆਂ ਉਹ ਨਾਰਾਜ਼ ਥੀ ਵੇ ਉਹ ਕੋ ਰਾਜ਼ੀ ਕਰ ਗਿਣ ਸੇ ਹੁਣ ਮੇਰਾ ਹਾਂ ਡੁਕਸੀ ਜੋ ਕਹਿ ਆਜ਼ਾਦਾਰ ਹੈ ਨਾ ਕੀਤੀ ਜ਼ਬਾਨ ਹੀ ਰੱਖਦਾ ਹੋਇਆ ਉਹ ਕੋ ਰਾਜ਼ੀ ਕਰ ਗਿਣ ਸੇ ਹੁਸੈਨ ਆਦੇ ਰਾਜ਼ੀ ਕਰ ਗਿਣ ਸਾਂ ਤੇ ਧੀ ਕੋਈ ਨਾ ਨੈਂਦਾ ਅਦੇ ਮੌਲਾ ਸਮਝ ਨਹੀਂ ਆਉਂਦੀ ਉਹ ਕੋਈ ਰਾਜ਼ੀ ਕਰ ਗਿਣ ਸੇ ਤੇ ਧੀ ਕੋਈ ਨਹਿ ਨੈਂਦਾ ਵਜ੍ਹਾ ਕਿਹੜੀ ਹੈ ਹੁਸੈਨ ਆਦੇ ਵਜ੍ਹਾ ਹੀ ਉਹ ਇਹਦੀ ਸ਼ਕਲ ਹੈ ਮੇਰੀ ਮਾਂ ਵਾਂਗ ਮੈਂ ਨਾ ਚਾਹੁੰਦਾ ਜੋ ਮੇਰੇ ਸਾਹਮਣੇ ਦੂਜੀ ਦਫ਼ਾ ਮੁਸਲਮਾਨ ਮੇਰੀ ਮਾਂ ਕੋ ਮਾਰ
ہاتھ سلامت رہن جے قبر حسین تے بیان دے عباس میں امام ہو کے تے گڈ صحیح ونجا مسلماناں میرے پتراں کو اتنا نہیں مارنا جتنا منی اور دھیاں کو مارو مسلمان حوصلہ شاباش 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 جی 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 منو منی آزم منی آزم منی آزم میرے پترا کو اتنا نہیں مارنا اتنا مری آدھی سونا باہر بیٹھے تھوڑا جی آواز ودے سی جو انہوں کا آواز ود گئی ہے ہوں لو ودن سہن طاقت دے سی تو میں سنا گئی سن ساریاں ٹر گئی اویں گھر دیا چابیاں چا کے آخر تے ملنا ہے اس بابا کون ملنا ہے غریب بابا سیدا دے بیمار لالے دے مہمان دا چھیکڑی سلام آدھی بابا اٹھی نہ سنگدی میں کو بہ کے گل سیدا دے ناراض آدھی نہ بابا یتیم کینت ناراض قدر کرے قدر سیدا دے گنڈڑی کی آئیں آدھی بابا بیبیاں نہیں ہیں پیار کریں دیئے گھریں دیئے چابیاں دے دیئے سیدا دے زبار سنگے ایک چابی بابا ہی کھتی بڑے آدھی جلدی کرو میں کڑیو میں کوئی عید انتظار ہے ملتان علیہ تو اڑا پتھر دا دل نہیں حسین چابی ہاتھ تے رکھیے ہاتھ تے ہی تاں سنیان ونیا آنکھیں دے نیڑے نیڑی وین نیڑی وین دیئے سیدا دے نیوی سنڑی دی آدھیے تو چابی آدھے میں کو تو بھی نظر آدھے آدھیے میں کو دیوے رہی نہیں رسی دیئے میں کو نانے دی مزار ہی نہیں آزادار دی شان ہے جو حد سینے دیا سی سیاد آدھے میری دی عمران چھوٹی ہیں ایڈی چھوٹی عمری سات سال دی عمری چھ نظر کمزور ہو گئی آدھیے بابا قرآن دا کاری ہے آپ انصاف نال دس یعقوب دا اک یوسف ہی آ روندے روندے اکھیں سفید کر بیٹھا پیو جے کو نکے نکے ہاتھ بن گیا آدھیے میں دے گن جا او میں دے کتنے یوسف ٹرے ویلے آدھیے میں کچھ وہ رہی گئی نسی دیے میں کچھ نہ دے دی مزہ حوصلہ 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 نہیں مکان تے ہن نہیں حسین اکی تو ہاتھ پھیرے ہن سنیان چابی تے دیکھ کے لیے اجڑ گئی ہیں مری پالن والی ماں ٹر گئی ہے ماں تے خالی بنن دے واسطے میں کوئی گواری ماں سڑ رہے ہیں حسین اکل مار کے دے اصغر دی ماں والا اوہی گواری والا او میری یتیم کوہان آل لائی بانے او میری یتیم دھیے شاباش شاباش سیادہ دے ایک واری والا ایک واری والا ایویں آئیے ایویں جھیک دو پانی آندے ہو سکتا ہے آخری ودا ہوئے راندے ڈو ودن ہو سکتا ہے آخری ودا ہوئے جنہاں دیاں چھوٹیاں اولادن اماں میں تیری یتیم دھیاں اماں آپ نہ بھی ملنا اماں تو امراؤل قیس دی دی ہیں میں غریب حسین دی دی اماں اصغر تا ملاویں ہا میں دیکھ سان کہہ رہا ماتمی ہے جاندہ ہاتھ سینے تلی بی بی آدھی ہے گھن بھرا نا مائی میں نا گھن دی میں سڑے سا آیا تچے سا ورنہ نچے سا بی بی آدھی ہے ساڑھ بھائی ودا گیا دیا کھڑا ورنہ لی توڑا پتھر دا دلے توڑی کو لوہ دیا کھتا کنڈ کر بے جلدی دنال ماتمی جرے ماتم پہ کرن جو جلدی دنال ماں دے ہتھاں تو بہن دے ہتھاں تے اماں اجازت لے مائیں دیاں ونگڑیاں چوٹیاں دھوئیں دیاں شاباش شاباش
ਨਵੀਂ ਪੋਸ਼ਾਕ ਪਵੇਂਦੀਆਂ। ਬੀਬੀ ਆਦੀ ਜਲਦੀ ਕਰੇ ਦੇਰ ਨਾ ਲਵੇਂ ਤੇਰੇ ਬਾਬੇ ਕੋ ਜਲਦੀ। ਜਿਹੜੇ ਭੈਣੀ ਦੇ ਭਰਾ ਬੈਠੇ ਹੋ ਦੱਸੀ ਵਾਂ 18 ਸਾਲਾਂ ਦਾ ਭਰਾ ਹੁੰਦਾ 17 ਦਿਹਾੜਾਂ ਦਾ ਭਰਾ ਹੁੰਦਾ। ਹੁਣ ਤੁਹਾਡੇ ਪੱਥਰ ਦਾ ਦਿਲ ਤਾਂ ਨਹੀਂ, ਚਾ ਕੇ ਕਮਰੇ 'ਚ ਖੀਨ ਆਈ ਵਿੰਗਰੀਆਂ ਚੋਟੀਆਂ ਧੁਆਈਆਂ ਨੇ ਸ ਨਵੀਂ ਪੋਸ਼ਾਕ ਪਵਈ ਹੈ ਸ ਵਿੰਗਰੀਆਂ ਚੋਟੀਆਂ ਤੇ ਮੂੰਹ ਰੱਖ ਆਦੀਏ ਤੂੰ ਟਿਕ ਪਾ ਸਾਰਾ ਦੀ ਚਾ ਕੇ ਖਿੜੇ ਸੈਂ ਤੇਰੀ ਖਿਦਮਤ ਕਰੇ ਸੈਂ ਕਦਾ ਤਾਂ ਤੂੰ ਅਕਬਰ ਜੇ ਰਾਠੀ ਆਸੇ ਕਦਾ ਤੇਰੀ ਦਾੜੀ ਲਾਜ਼ੀ ਤੇਰੀ ਜਾਨ ਚੜਵੇ ਆੜੀਏ ਤੂੰ ਮਾਂ ਪਿਓ ਕੋ ਨਸੀਬ ਹੋਵੇਂ। ਹੱਥ ਨਾ ਕਿਉਂ ਨਹੀਂ ਜਵਾਨ ਦੇ ਹੱਥ ਨਾ ਕਿਉਂ ਹੱਥ ਨਾ ਕਿਉਂ ਨਹੀਂ ਜਵਾਨ ਆੜੀਏ ਤੂੰ ਦਿਗਬਾ ਸਾਰਾ ਦੀ ਜਾ ਕੇ ਖਿੜੇ ਲੈ ਹੋਂਠ ਹਰਕਤ ਕੀਤੇ ਨ ਭੇਣ ਕੰਨ ਲੈ ਤਵਾਜ਼ ਪਈਆਂ ਦੀ ਨਾ ਘਬਰਾ ਸਾਰੇ ਲੱਗੇ ਵੰਜਣ ਮਨਾਵਣ ਰਬਾਬ ਆ ਗਈਏ ਦੇ ਭਰਾ ਨਾ ਮਈ ਵੇ ਨਾ ਦੇਸਾਂ ਮੈਂ ਮੰਗਾ ਨਹੀਂ ਮੈਂ ਸੱਡੇ ਬਹਿਣ ਬਣ ਕੇ ਸੱਡੇ ਆਏ ਤੱਜਾ ਤੂੰ ਸੱਡ ਕੀਆ ਤੱਡੇ ਸਵਰ ਨਾ ਦੇਸ ਮਾਈ ਮੈਂ ਬਈ ਵਦਾ ਗਿਆ ਦੀ ਮੇਰਾ ਚੋਟੀਆਂ ਵੱਲ ਹੋ ਠਰਕਤ ਕੀਤੇ ਨਾ ਮਾਂ ਕੰਨ ਲੈ ਤਵਾਜ਼ ਵੀ ਆਉਂਦਾ ਨਹੀਂ ਆਉਂਦਾ ਨਹੀਂ ਆਂਦਾ ਬੀਬੀ ਆਦੀਏ ਨਹੀਂ ਜਦੁਲ ਦਾ ਖੀਰ ਕਹਿੰਦਾ ਪੀਜੇ ਹੋ ਦਰਗਤ ਕੀ ਦਿਨ ਮੈਂ ਕੱਲੇ ਦਵਾ ਬਿਆ ਦਾ ਪੁੱਕਰ ਮੈਂ ਸਭੇੜ ਗੁਲੇ ਜਿਹੜੇ ਭੈਣੀ ਦੇ ਬਿਰਾ ਮਾਤਮ ਪੇ ਕਰਨ ਦਿਓ ਮਾਸੂਮਾ ਤੂੰ ਸਾਡ ਮਾਸੂਮਾ ਬਈ ਵਧਾ ਕੇ ਆਦੀਏ ਤੇਰੇ ਹਿੱਸੇ ਦੀ ਭੇਣ ਹੋਂਠ ਹਰਕਤ ਕੀਤੇ ਮਾਸੂਮਾ ਕੰਨ ਲੈ ਤਵਾਜ਼ ਪਈ ਆਂਦੇ ਇੰਦਾ ਹੀ ਡਿੱਠਾ ਵੇ ਇੰਦਾ ਜੋ ਹਿੱਸੇ ਦਾ ਅਕਬਰ ਤੂੰ ਰਵੇ ਹੁਸੈਨ ਆ ਗਿਆ ਕਦਰ ਕਰਾਇਆ ਜਿਹੜੇ ਮਾਤਮੀ ਬੈਠੇ ਹੋ ਹੁਸੈਨ ਆ ਗਿਆ ਅਸਗਰ ਦੀ ਮਾਂ ਕੀਂਦੇ ਤੇਰੀ ਧੀ ਬਚੜਾ ਨਹੀਂ ਦੇਂਦੀ ਨਾ ਬਾਬਾ ਲਮਾਨ ਕਰ ਨਾ ਦੇਵਣ ਵਾਲੀ ਗੱਲ ਨਹੀਂ ਮੈਂ ਮੰਗਾ ਨਹੀਂ ਸੱਡੇ ਮਾਂ ਸੱਡੇ ਨਹੀਂ ਗਿਆ ਸਕੀਨਾ ਸੱਡੇ ਨਹੀਂ ਗਿਆ ਸਯਦਾ ਦੇ ਨਾ ਕੋਈ ਇਜਾਜ਼ਤ ਦਿੱਤੀ ਗਈ ਮੈਂ ਕੋਈ ਇਜਾਜ਼ਤ ਦੇ ਮੈਂ ਸੱਡਾ ਅੱਜ ਬਾਬਾ ਸਾਡ ਕੋਲ ਪੱਥਰ ਦਾ ਦਿਲ ਨਹੀਂ ਲੋਹੇ ਦੀ ਅੱਖ ਨਹੀਂ ਹੁਸੈਨ ਕੰਨ ਨਾਲ ਮੁਲਾ ਕਿਆ ਦੇ ਨਹੀਂ ਜੋ ਜੁਲਦਾ ਮੇਰੀ ਚੱਕੜੀ ਗਵਾਹੀ ਕੌਣ ਦੇਸੀ ਆ ਛੋਟੇ ਛੋਟੇ ਅੱਜ ਮੱਝੇ ਤੇਰਾ ਗਿਆ ਦਾ ਰੱਜੀ ਨਹੀਂ ਵੇ ਉਹ ਮੈਂ ਬਾਬੇ ਦਾ ਗਵਾਹ ਉਹ ਮੈਂ ਨਗੀਆ ਤੀਰ ਕੌਣ ਜਿੰਨੀ ਬਾਬਤ ਆਪਣੀ ਬਾਰਗਾਹ ਚ ਕਬੂਲ ਫਰਮਾ ਬਾਨੀਆਂ ਦੇ ਲੇਖ ਦੀ ਹਰ ਵਾਰ ਕਬੂਲ ਫਰਮਾ ਸਯਾਦਾ ਦੇ ਨੇ ਜੋ ਜੁਲਦਾ ਮੇਰੀ ਚੱਕੜੀ ਗਵਾਹੀ ਕੌਣ ਦੇ ਅੱਛਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਕੁਰਸੀ ਚਾਹ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁਣ ਥੋੜ੍ਹਾ ਜਿਹਾ ਸਪੀਕਰ ਵਾਲਾ ਆਵਾਜ਼ ਵਧੇ ਸੀ ਅਤੇ ਮੈਂ ਆਖਰੀ ਵਿਧਾ 'ਚ ਸੁਣਾ ਵਾਂ ਔਖਾ ਵਿਧਾ ਤੁਸਾਂ ਬਰਦਾਸ਼ਤ ਨਹੀਂ ਕਰਨਾ 28 ਰੱਜਾ ਹੁਸੈਨ ਮਦੀਨਾ ਛੋੜਾ ਹੈ ਹੱਥ ਖੁੱਲ੍ਹੇ ਰੱਖਾ ਹੈ 25 ਰੱਜਾ ਦਾ ਹੁਸੈਨ ਮੰਨਾ ਕਰ ਛੋੜਾ ਅਕਬਰ ਢੇਰ ਨਗੀਆ ਕਰ ਦੇਰ ਨਗੀਆ ਕਰ ਮਤਾ ਤੇਰੀ ਭੇਣ ਮਰੂ ਅੱਜ ਅਕਬਰ ਤੁਰਦਾ ਨਹੀਂ ਆਂਦਾ ਅਕਬਰ ਦਾ ਜਨਾਜ਼ਾ ਬੰਦਾ ਤੁਰਦਾ ਕਈ ਵੇਲੇ ਸੱਜੇ ਲੁੱਡਵੇ ਇਹ ਕਈ ਵੇਲੇ ਖੱਬੇ ਲੁੱਡਵੇ ਦੇ ਭੇਣ ਦੇ ਸਾਹਮਣੇ ਆਇਆ ਅਕਬਰ ਤੂੰ ਹੀ ਵਹਿੰਦਾ ਪੇ ਹਾ ਭੇਣ ਅੱਲਾ ਦੀ ਮਰਜ਼ੀ ਮੇਰੀ ਆਖੀ ਚੱਕ ਪਾ ਕੇ ਦੱਸ ਤੂੰ ਹੀ ਵਹਿੰਦਾ ਪੇ ਹਾ ਬਾਬੇ ਦੀ ਮਰਜ਼ੀ ਆ ਬੀਬੀਆਂ ਦੀਆਂ ਪੇਸ਼ਾ ਕੁਆਂ ਬਾਬਾ ਸੇਰੇ ਪਾਵੀ ਪਾ ਛੋੜੇ ਆ ਚਾਚਾ ਖਾਰੇ ਚਾੜੀ ਚੜ ਪੋਏ ਜੱਡਾ ਪੱਲੂ ਦੀ ਵਾਰੀ ਆਵੇ ਉਹ ਮੈਂ ਕੂ ਗਿਣਨ ਲੱਗਾ ਵੇ ਉਹ ਮੈਂ ਜਦੇ ਜੇ ਦੀ ਮੇਰ ਸ਼ਾਬਾਸ਼ 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 ਜਿਹੜੇ ਮਾਤਮ ਕਰ ਸਕਦੇ ਹੋ ਆਖਰੀ ਦੁਆ ਮੈਂ ਦੁਆ ਪਿਆ ਮੰਗਣਾ ਸਾਰੇ ਅਮੀਨ ਖੈ ਸ਼ਾਮ ਹੋ ਗਈ ਸਾਰੇ ਅਮੀਨ ਖੈ ਮੇਰਾ ਅੱਲਾ ਤੇ ਕੋਈ ਮਹਿਲੇਸ਼ ਦਾ ਵਾਸਤਾ ਦੁਆ ਔਖੀ ਹੈ ਹੱਥ ਮਾਤਮੀ ਦਾ ਜ਼ਰੂਰ ਸੀ ਨੇ ਤਿਆਸੀ ਮੇਰਾ ਅੱਲਾ
ਹਿੱਕਾ ਵੰਡ ਚੱਕਰ ਕਿਹੜੀ ਵੰਡ ਸ਼ਾਲਾ ਭੇਣੀ ਪਹਿਲੇ ਮਰੇ ਅੱਲਾ ਨਕਰੇ ਕੈ ਭੇਣ ਦਾ ਵਿਆਹ ਮਰ ਵਜੇ ਗੁਸਲੇ ਸਨ ਭੇਣ ਰੋਜ਼ੀਆ ਦਫਨ ਪਵੇ ਸਨ ਭੇਣ ਰੋਜ਼ੀਆ ਜਦਾ ਜਨਾ ਦਾ ਤਿਆਰ ਹੋ ਵਜੇ ਅੱਲਾ ਜਣੇ ਭੇਣ ਸੇਰਾ ਕੀ ਤੁਲੂ ਕਈ ਵਧੀ ਹੋਣੀ ਆ ਪਿਰਾ ਤੇ ਮੂੰਹ ਤੇ ਸੇਰਾ ਤਪੇ ਸੀ ਆ ਪਿਰਾ ਤੇ ਕਫਨ ਦੇ ਦਮ ਨਾਲ ਜੋਲੇ ਕੁਗਣ ਤੇ ਦੇ ਦੀ ਆ ਜਨਾ ਦਾ ਜਾਣ ਵਾਲਿਆ ਦੇ ਚਾਵਣ ਦੇ ਜਨਾਜ਼ਾ ਅਧੀਏ ਬਾਦ ਦੀ ਚਾਵਣ ਦੇ ਦਾ ਪਹਿਲੇ ਗੁਆ ਕੋ ਮੈਂ ਕੋ ਬੱਲੂ ਬਥਾ ਵੀ ਰੇ ਅਕਬਰ ਦੀ ਭੇਣੇ ਅਕਬਰ ਦੇ ਚੋਲੇ ਤੇ ਦਮ ਨਾਲ ਗਣ ਦੇ ਵੀ ਸ਼ੁਰੂ ਕੀਤੀ ਅਕਬਰ ਦੇ ਕੇ ਪਈ ਕਰੇ ਨੀ